ਹਾਂ ਸਰਦਾਰ ਬਹਾਦਰ ਸਰਦਾਰ ਹਰਵੰਤ ਸਿੰਘ ਜੀ ਢਿੱਲੋਂ ਸਰਪੰਚ ਸਾਹਿਬ, ਜਿਨ੍ਹਾਂ ਦੇ ਸਦਕਾ ਤੁਹਾਡੇ ਰੂਪ ਰਹਾਉਣ ਦਾ ਮੌਕਾ ਮਿਲਿਆ। ਕਾਕਾ ਸੁਰਜਿੰਦਰ ਸਿੰਘ ਜੀ ਢਿੱਲੋਂ, ਜਿਨ੍ਹਾਂ ਦੀ ਸ਼ਗਨ ਦੇ ਰਸਮ ਹੁਣੇ ਅਦਾ ਹੋ ਕੇ ਹਟੀ ਹੈ। ਸਾਬਕਾ ਸਰਪੰਚ ਜਗਤਾਰ ਸਿੰਘ ਜੀ ਢਿੱਲੋਂ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੇ ਸਦਕਾ ਤੁਹਾਡੇ ਰੂਬ ਰਹਾਉਣ ਦਾ ਮੌਕਾ ਮਿਲਿਆ। ਰਣਜੀਤ ਸਿੰਘ ਜੀ, ਹਰਪਾਲ ਸਿੰਘ ਜੀ, ਗੁਰਮੇਲ ਸਿੰਘ ਜੀ ਢਿੱਲੋਂ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ। ਸਿਆਣਿਆਂ ਦਾ ਕਹਿਣਾ ਵੀ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਉਸ ਪਰਮਾਤਮਾ ਉਸ ਅਕਾਲ ਪੁਰਖ ਦਾ ਨਾਮ ਲੈਣਾ ਜ਼ਰੂਰੀ। ਉਹੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਉਸ ਅਕਾਲ ਪੁਰਖ ਉਸ ਪਰਮਾਤਮਾ ਦਾ ਨਾਂ ਇੱਕ ਧਾਰਮਿਕ ਗੀਤ ਲੈ ਕੇ ਹਾਜ਼ਰ ਨੇ ਜਨਾਬ ਮੁਹੰਮਦ ਸਫੀ। ਲੱਖ ਖੁਸ਼ੀਆਂ ਪਾਤਸ਼ਾਹੀ ਆ ਜੇ ਸਤਿਗੁਰ ਨਜ਼ਰ ਕਰੇ, ਗੁਰੂ ਮਹਾਰਾਜ ਦੀ ਅਪਾਰ ਕਰਤਾ ਹੋਵੇ, ਉਹਦੀ ਸਵਰਲੀ ਨਜ਼ਰ ਹੋਵੇ, ਮੇਰ ਪ੍ਰਿਆਪਤ ਉਹਦਾ ਸਿਰ ਤੇ ਹੋਵੇ, ਫਿਰ ਇਹ ਖੁਸ਼ੀ ਦਾ ਮੌਕਾ, ਇਹ ਖੁਸ਼ੀ ਦਾ ਦਿਹਾੜਾ, ਇਹ ਖੁਸ਼ੀ ਦੀ ਕੜੀ ਯਾਰਾਂ ਦੋਸਤਾਂ ਮਿੱਤਰਾਂ ਬੇਟੀਆਂ ਸਖੇ ਸੰਬੰਧੀਆਂ ਨਾਲ ਦੇਖਣ ਦਾ ਮਨਾਉਣ ਦਾ ਮੌਕਾ ਮਿਲਦਾ। ਮੈਂ ਯਾਰਾਂ ਦੋਸਤਾਂ ਮਿੱਤਰਾਂ ਬੇਟੀਆਂ ਸਖੇ ਸੰਬੰਧੀਆਂ ਨਾਲ ਦੇਖਣ ਦਾ ਮਨਾਉਣ ਦਾ ਮੌਕਾ ਮਿਲਦਾ। ਮੈਂ ਢਿੱਲੋਂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਇਸ ਸ਼ੁਭ ਮੌਕੇ ਤੇ। ਕਾਕਾ ਸੁਰਜਿੰਦਰ ਸਿੰਘ ਜੀ ਦੇ ਸ਼ੁਭ ਮੰਗਣੇ ਤੇ ਸ਼੍ਰੀ ਗੁਰਮੀਤ ਸਿੰਘ ਜੀ ਦੇ ਸਪੁੱਤਰ ਦਾ ਮੰਗਣਾ ਹੋਇਆ, ਔਰ ਸਾਬਕਾ ਸਰਪੰਚ ਸ਼੍ਰੀ ਜਗਤਾਰ ਸਿੰਘ ਜੀ ਢਿੱਲੋਂ, ਔਰ ਸ਼੍ਰੀ ਹਰਵੰਤ ਸਿੰਘ ਜੀ ਢਿੱਲੋਂ ਸਾਹਿਬ, ਜਿਨ੍ਹਾਂ ਨੇ ਮੈਨੂੰ ਪਤਾ ਹੈ ਇਹਨਾਂ ਦੋ ਤਿੰਨ ਸਾਲਾਂ 'ਚ ਕਈ ਵਾਰੀ ਕੋਸ਼ਿਸ਼ ਕੀਤੀ ਹੈ ਵੀ ਜਦੋਂ ਵੀ ਵਾਹਿਗੁਰੂ ਨੇ ਕੋਈ ਖੁਸ਼ੀ ਦਾ ਮੌਕਾ ਲਿਆਂਦਾ ਸਾਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਕੁਦਰਤੀ ਜਿਵੇਂ ਅੰਜਲ ਨਹੀਂ ਹੁੰਦਾ, ਜਿਵੇਂ ਦਾਣਾ ਪਾਣੀ ਨਹੀਂ ਰਲਿਆ ਹੁੰਦਾ, ਅਸੀਂ ਉਦੋਂ ਬੁੱਕ ਹੁੰਦੇ ਸੀਗੇ ਤੇ ਐਤਕੀ ਦੋ ਢਾਈ ਮਹੀਨੇ ਪਹਿਲਾਂ ਹੀ ਇੰਤਜ਼ਾਮ ਕਰਿਆ ਵੀ ਇਹ ਕਿਤੇ ਜਾਣ ਨਹੀਂ ਨਾ, ਤੋ ਅੱਜ ਤੁਹਾਡੀ ਸੇਵਾ ਕਰਨ ਦਾ ਉਹਨਾਂ ਦੀ ਬਦੌਲਤ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਹਾਜ਼ਰ ਹੋ ਗਏ ਹਾਂ, ਗੀਤ ਸੰਗੀਤ ਰਾਹੀਂ ਆਪ ਜੀ ਦੀ ਸੇਵਾ ਕਰਨ ਵਾਸਤੇ ਆਏ ਹਾਂ। ਇਲਾਕਿਆਂ ਦੇ ਸਾਰੇ ਪਤਵੰਤੇ ਸੱਜਣੇ ਇੱਥੇ ਬੈਠੇ ਨੇ, ਢਿੱਲੋਂ ਪਰਿਵਾਰ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਸੰਗਤ ਦੇ ਦਰਸ਼ਨ ਕਰਕੇ। ਲੋਕ ਇੱਕ ਧਾਰਮਿਕ ਗੀਤ ਤੋਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹੈ, ਧਾਰਮਿਕ ਗੀਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭੇਟ ਕਰਨ ਲੱਗਾ, ਆਸ ਕਰਦਾ ਪਿਆਰ ਨਾਲ ਸੁਣ ਦੀ ਕਿਰਪਾ ਕਰੋਗੇ।
ਸੇਨਾ
ਸ਼ੁਕਰੀਆ, ਬੜੀ ਮਿਹਰਬਾਨੀ। ਇਹ ਤਾਂ ਅਸੀਂ ਉਸ ਅਕਾਲ ਪੁਰਖ ਉਸ ਪਰਮਾਤਮਾ ਦੇ ਚਰਨਾਂ 'ਚ ਗੀਤ। ਅਗਲਾ ਗੀਤ ਲੈ ਕੇ ਹਾਜ਼ਰ ਨੇ ਬੀਬੀ ਸੁਖਦੀਪ ਕੌਰ।
ਬਹੁਤ ਬਹੁਤ ਮਿਹਰਬਾਨੀ। ਇਹ ਸਨ ਬੀਬੀ ਸੁਰਜੀਤ ਕੌਰ ਜੋ ਇੱਕ ਅੱਲੜ ਕੁੜੀ ਦੇ ਜਜ਼ਬਾਤਾਂ ਦੀ ਗੱਲ ਕਰ ਰਹੇ ਸਨ। ਸਾਡੇ ਰੂਹ ਦੀ ਖੁਰਾਕ ਗਾਣੇ ਲੈ ਕੇ ਹਾਜ਼ਰ ਨੇ ਜਨਾਬ ਮੁਹੰਮਦ ਸਿੰਘ ਤੇ ਬੀਬੀ ਸੁਰਜੀਤ ਕੌਰ। ਸੇਵਾ ਦੇ ਵਿੱਚ ਕੁਝ ਗਾਣੇ ਪੇਸ਼ ਕਰਨ ਲੱਗੇ। ਕੱਲਾ ਕੀ ਕੋਈ ਗਾਵੇ ਉਹਨੂੰ ਗਾਣਾ ਕਹਿੰਦੇ ਨੇ, ਜਿਹਨੂੰ ਗੁਰਗਾਣੇ ਗਾਉਣ ਉਹਨੂੰ ਗੁਰਗਾਣਾ ਕਹਿੰਦੇ ਨੇ। ਔਰ ਗੁਰਗਾਣਾ ਉਹੀ ਚੰਗਾ ਲੱਗਦਾ ਹੁੰਦਾ ਜਿਹਦੇ ਸਵਾਲ ਜਵਾਬ ਹੋਣ, ਸਵਾਲ ਜਵਾਬ ਵੀ ਜ਼ਰਾ ਅੱਛੇ ਹੋਣ, ਵਧੀਆ ਹੋਣ, ਦੋ ਬੰਦੇ ਚੰਗੀਆਂ ਗੱਲਾਂ ਕਰਦੇ ਹੋਣ ਤਾਂ ਤੀਜਾ ਕੋਲ ਖੜ ਕੇ ਸੁਣਦਾ, ਕਿਉਂਕਿ ਉਹਨਾਂ ਦੀਆਂ ਗੱਲਾਂ ਚੰਗੀਆਂ ਹੁੰਦੀਆਂ ਨੇ। ਮੇਰਾ ਮਤਲਬ ਹੈ ਸਵਾਲ ਵਿਹਲਾ ਹੋਵੇ ਅਤੇ ਜਵਾਬ ਵਿਹਲਾ ਹੋਵੇ ਮੈਨੂੰ ਗੱਲਾਂ ਜ਼ਰਾ ਚੰਗੀ ਲੱਗਦੀ ਹੈ। ਵੈਸੇ ਵੀ ਸਾਡੇ ਗੀਤਾਂ ਦੇ ਵਿੱਚ ਆਮ ਤੌਰ 'ਤੇ ਕੁਝ ਹਾਸਾ, ਕੁਝ ਫਿੱਠਾ, ਕੁਝ ਚੂਰ ਮੋਲ, ਕੁਝ ਛੇੜਛਾੜ, ਕੁਝ ਖੁਦਾਣੀਆਂ, ਇਹੋ ਜਿਹਾ ਕੁਝ ਹੁੰਦਾ, ਕਿਉਂਕਿ ਖੁਸ਼ੀ ਦਾ ਦਿਨ ਹੈ, ਖੁਸ਼ੀ ਦਾ ਮੌਕਾ ਹੈ। ਇਸ ਕਰਕੇ ਗੀਤ ਜਿਹੜੇ ਹੋਣਗੇ ਉਹਨਾਂ ਵਿੱਚ ਵੀ ਮਨੋਰੰਜਨ ਹੋਊਗਾ, ਖੁਸ਼ੀ ਹੋਊਗੀ। ਲਓ ਇੱਕ ਬੜੇ ਪੁਰਾਣੇ ਗੀਤ ਤੋਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ, ਵਿੱਚ ਪੰਜ ਸੇਵਾ ਵਿੱਚ ਨਵੇਂ ਗੀਤ ਵੀ ਸੁਣਾਵਾਂਗੇ। ਸਾਡੀ ਗੱਲ ਵੀ ਕੈਸੇਟ ਆਉਣ ਵਾਲੀ ਹੈ, ਉਹਦੇ ਵਿੱਚ ਵੀ ਕੋਈ ਨਾ ਕੋਈ ਗੀਤ ਜ਼ਰੂਰ ਪੇਸ਼ ਕਰਾਂਗੇ। ਲਓ ਗੀਤ ਪੇਸ਼ ਕਰਨ ਲੱਗੇ, ਸਭ ਤੋਂ ਪੁਰਾਣਾ ਗੀਤ ਹੈ, ਬੜਾ ਇੱਥੇ ਨਾਮ ਕਰੋ, ਇੱਕ ਫੌਜੀ ਨੌਜਵਾਨ ਛੁੱਟੀ ਆਇਆ, ਛੁੱਟੀ ਆਇਆ ਤਾਂ ਘਰ ਵਾਲੇ ਬੜੇ ਖੁਸ਼ ਨੇ, ਮਾਂ ਪਿਓ ਭੈਣ ਭਰਾ, ਘਰ ਵਾਲੀ ਬੜੀ ਖੁਸ਼ ਹੈ, ਦੋਵਾਂ ਨੇ ਚੁਬਾਰੇ ਦੇ ਮੰਜੇ ਲਾ ਦਿੱਤੇ ਗਏ, ਦੁੱਧ ਦਾ ਛੰਨਾ ਲੈ ਕੇ ਮੁਟਿਆ। ਜਦੋਂ ਗੱਭਰੂ ਕੋਲੇ ਪੁੱਛੀ ਤਾਂ ਦੋਨੋਂ ਆਪਸ ਚ ਪਿਆਰ ਦੀਆਂ ਗੱਲਾਂ ਕਰਦੇ ਨੇ, ਗੌਰ ਨਾਲ ਸੁਣਨਾ ਇਹ।
ਟੈਂਸ਼ਨ ਵਾਲੀ ਕੋਈ ਗੱਲ ਨੀ, ਸਿਆਣੇ ਕਹਿੰਦੇ ਨੇ ਅਸੀਂ ਆਹ ਉਹ ਜਿਹੜਾ ਮੌਕੇ ਤੇ ਕੰਮ ਆ ਜਾਂਦੇ ਹਾਂ। ਤੇਰਾ ਫੁੱਲਿਆਂ ਨੂੰ ਪਾਉਣਾ ਮਾਤ ਤਾਲਾ ਮੰਨਾ ਰੱਖ, ਤੇਰਾ ਫੁੱਲਿਆਂ ਨੂੰ ਪਾਉਣਾ ਮਾਤ ਨੀ ਹੋੜਾ ਨੇ ਹੋੜਾ ਨਿਕਲੇ ਗੁਰਪ੍ਰੀਤ ਸਿੰਘ ਜੀ, ਕਾਂਗਰਸ MLA ਸਾਹਿਬ, ਉਹ ਤੁਸੀਂ ਵਿਧਾਇਕ ਨੇ, ਮੈਂ ਢਿੱਲੋਂ ਪਰਿਵਾਰ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਸੰਗਤ ਵੱਲੋਂ ਵੀ, ਆਪਣੀ ਸਟੇਜ ਵੱਲੋਂ ਵੀ, GIA ਨੂੰ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
Kara milangi, tu beriyam milangi, basalangal ulai gai, nilvi.
ਤੇ
ਪਹਿਲਾਂ ਪਾਉਂਦੀ, ਮੱਥੇ ਉੱਤੇ ਪਹਿਲਾਂ ਪਾਉਂਦੀ, ਉੱਤੇ ਪਹਿਲਾਂ ਪਾਉਂਦੀ ਸੂਰ ਜਲਦੀ ਡਾਲੀ, ਖੇਤਾਂ ਦੀ ਡੰਡੀਆਂ ਤੇ ਤੂਲ ਦੀ ਰਕਾਲੀ, ਖੇਤਾਂ ਦੀ ਡੰਡੀਆਂ ਤੇ ਖੇਤਾਂ ਦੀ ਡੰਡੀਆਂ ਤੇ ਤੂਲ ਦੀ ਰਕਾਲੀ, ਵੀ ਤੂੰ ਬਿਲ ਬਿਲ ਜਾਪਦੀ ਭਰੀ ਲੱਗੀ ਅੰਦਰ ਵੜ ਕੇ ਘਰ ਵਾਲੀ ਨੂੰ ਕਹਿੰਦਾ ਭਰੀਏ ਲੋਕੇ ਭਰੀਏ ਲੋਕੇ ਉਹ ਭਰੀਏ ਲੋਕੇ
ਭਰੇ ਲੋਕੇ ਭਰੇ ਲੋਕੇ, ਜੇ ਮੈਂ ਗਲਤੀ ਨਾਲ ਆ ਹੀ ਗਿਆ ਤਾਂ ਮੇਰੀ ਆਏ ਦੀ ਬੇਇੱਜ਼ਤੀ ਨਾ ਕਰ, ਹੁਣ ਚਲੀ ਜਾ ਚਰਕੀ ਚਾਹੇ ਮੂੰਹ ਨੇ ਮੁੜੇ। ਉਹ ਕਹਿੰਦੀ ਕਿਉਂ ਮੇਰਾ ਚੱਕੀ ਦੇ ਬਣਾਓ ਜਾਣੇ ਹੱਥਾ ਹੋਇਆ, ਹੁਣ ਜਾਵਾਂ ਸਵੇਰੇ ਮੁੜ ਕੇ ਆਵਾਂ, ਮੈਂ ਤਾਂ ਵੱਲੋਂ ਪਿੱਛੇ ਆਊਂਗੀ। ਉਹ ਜਾਣ ਤੋਂ ਸਾਫ ਇਨਕਾਰ ਕਰ ਦਿੰਦੀ ਹੈ, ਬੱਬਰੂ ਬੱਬਰੂ ਜਾਣ ਵਾਸਤੇ ਬਹਾਨੇ ਕੱਢਦਾ। ਕਹਿੰਦੇ ਕਹਿੰਦਾ ਬੁੜੀ ਕੋਠੇ ਤੋਂ ਡਿੱਗਦਾ ਚੂੜਾ ਨਿਕਲ ਗਿਆ। ਕਹਿੰਦਾ ਕਹਿੰਦਾ ਬੁੜੀ ਨੇ ਮੱਝ ਨੂੰ ਮਾਰਿਆ, ਮੱਝ ਮੰਜੇ ਤੇ ਪੀਰ ਜਾਏਗੀ। ਮੱਝ ਨਹੀਂ ਬੁੜੀ ਪਈ ਆ, ਇਹੀ ਮੈਂ ਕਹਿੰਦਾ ਮੱਝ ਪਈ ਬੁੜੀ, ਮੱਝ ਬੁੜੀ ਬੁੜੀ ਮੱਝ ਮੱਝ ਬੁੜੀ ਹੋ ਗਈ। ਕੀ ਹੋ ਗਿਆ? ਮਾਫ਼ ਕਰਨਾ, ਸਵੇਰੇ ਕੇਲੇ 'ਚ ਨਾਸ਼ਤਾ ਖਾ ਗਿਆ ਸੀ, ਇਸ ਕਰਕੇ ਜਵਾਬ ਫਿਰ ਕੀ ਜਾਂਦੀ ਹੈ। ਉਹ ਜਾਣ ਤੋਂ ਨਾ ਕਰਦੀ ਹੈ, ਬੱਬਰੂ ਲਿਜਾਣ ਵਾਸਤੇ ਬਹਾਨੇ ਕੱਢਦਾ। ਉਹ ਕੀ ਕਹਿੰਦੀ ਆ, ਉਹ ਕੀ ਕਹਿੰਦਾ, ਕੀ ਭੇਜਣ ਲੱਗਿਆ ਇਹ ਪਿੱਛੇ ਖੜੇ ਕਿਵੇਂ ਖੁਸ਼ ਹੁੰਦੇ ਨੇ ਜਿਵੇਂ ਆਪ ਲੈਣ ਆਏ ਹੁੰਦੇ ਨੇ। ਸੌਦਾ ਮਹੀਨਾ ਕਿੱਥੇ ਕਲਰਾਂ ਚ ਪੈਣੀ, ਖਿੱਚ ਲੈ ਤਿਆਰੀ, ਖਿੱਚ ਲੈ ਤਿਆਰੀ, ਚੱਕ ਆਇਆ ਤੈਨੂੰ ਲੈਣੀ, ਖਿੱਚ ਲੈ ਤਿਆਰੀ, ਬਿੱਲੋ ਆਇਆ ਤੈਨੂੰ ਲੈਣੀ, ਖਿੱਚ ਲੈ ਤਿਆਰੀ।
ਤੂੰ ਹਰ ਸ਼ਿੰਗਾਰ ਉੱਥੇ ਚੱਲ ਕੇ ਕਰ ਰਹੀ ਤਾਂ ਮੈਂ ਮੂਹਰੇ ਬੈਠ ਕੇ ਦੇਖੀ ਤੇਰਾ ਮਾਹੀ ਛੱਡ ਝਾਕ ਕਿੱਥੇ ਪਾਣੀ ਕਹਿੰਦਾ ਤੇਰਾ ਮਾਹੀ ਕਹਿੰਦਾ ਤੇਰਾ ਮਾਹੀ ਬਿਲੋ ਕਹਿੰਦਾ ਤੇਰਾ ਮਾਹੀ ਛੱਡ ਝਾਕ ਕਿੱਥੇ ਪਾਣੀ ਬਾਪੂ ਨੇ ਹਦਾਇਤ ਕੀਤੀ ਛੇਤੀ ਮੁੜ ਆਉਂਦੀ ਹਦਾਇਤ ਕੀਤੀ ਛੇਤੀ ਮੁੜ ਆਉਂਦੀ ਚੱਲ ਪੁੱਠ ਕਰ ਚੱਲ ਪੁੱਠ ਕਰ ਐਵੇਂ ਬਣਨਾ ਛੇੜਨੀ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਰੋਂਦੀ ਤੁਰ ਲਾਉਂਦੀ ਤੇਰੇ ਗੋਤੇ ਉੱਤੇ ਬਹਿ ਗਈ ਰੋਂਦੀ ਤੁਰ ਲਾਉਂਦੀ ਤੇਰੇ ਗੋਤੇ ਉੱਤੇ ਬਹਿ ਗਈ ਡੁੱਬ ਜਾਣੀ ਦਿਲ ਦੀਆ ਦਿਲ ਵਿੱਚ ਲੈ ਗਈ ਡੁੱਬ ਜਾਣੀ ਦਿਲ ਦੀਆ ਦਿਲ ਵਿੱਚ ਲੈ ਗਈ ਰੋਂਦੀ ਤੁਰ ਲਾਉਂਦੀ ਚੜੇ ਹੁੰਦੇ ਦੀ ਚੜੇ ਦੀ ਹੁੰਦੀ ਆ ਅੱਖ ਢਿੱਲ ਵਾਰਗੀ ਚੜੇ ਹੁੰਦੇ ਦੀ
ਰਮਨਦੀਪ ਸਿੰਘ ਜੀ ਸਰਪੰਚ 100 ਰੁਪਇਆ ਦੇ ਕੇ ਸਾਡਾ ਮਾਂ ਕਰਕੇ ਗਏ ਸੀ, ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ। ਇੰਜੀਨੀਅਰ ਸਾਹਿਬ ਸੁਰਿੰਦਰ ਸਿੰਘ ਬਲ, ਉਹਨਾਂ ਵੱਲੋਂ 100 ਰੁਪਇਆ। ਜੋਰਾ ਸਿੰਘ ਜੀ ਪਿੰਡ ਚੀਮਾ, 200 ਰੁਪਇਆ ਦੇ ਕੇ ਸਾਡਾ ਮਾਂ ਕਰਕੇ ਗਏ ਸੀ, ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦੀ, ਸ਼ੁਕਰਗੁਜ਼ਾਰ। ਜੋਗਿੰਦਰ ਸਿੰਘ ਜੀ ਗੋਵਿੰਦ ਬਾਡੀ ਬਿਲਡਰ, 100 ਰੁਪਇਆ ਦੇ ਕੇ ਸਾਡਾ ਮਾਣ ਕਰਦੇ ਸੀ, ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦੀ ਆ। ਕਾਕਾ ਜੀ ਦੇ ਫੁੱਫੜ ਜੀ ਸੁਰਜੀਤ ਸਿੰਘ ਜੀ ਕਾਜੀਆਣਾ, 50 ਰੁਪਈਏ ਦੇ ਕੇ ਸਾਡਾ ਮਾਣ ਕਰਕੇ ਗਏ ਸੀ, ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ, ਸ਼ੁਕਰਗੁਜ਼ਾਰ ਆ। ਮਾਲਵੇ ਦੇ ਕਮਿਸ਼ਨਰ ਬਹੁਤ ਜ਼ਿਆਦਾ ਮਸ਼ਹੂਰ ਨੇ, ਤੁਸੀਂ ਬਹੁਤ ਸਾਰੇ ਕਮਿਸ਼ਨਰ ਦੇ ਨਾਂ ਸੁਣੇ ਹੋਣਗੇ, ਕਿੱਸਾਕਾਰਾਂ ਦੇ ਨਾਂ ਸੁਣੇ ਹੋਣਗੇ। ਉਹਨਾਂ ਵਿੱਚੋਂ ਇੱਕ ਬਾਬੂ ਰਜਵਲੀ, ਜੋ ਕਿ ਬਹੁਤ ਹੀ ਅੱਛਾ ਲਿਖਦੇ ਸਨ, ਉਹਨਾਂ ਦੀ ਲਿਖੀ ਹੀਰ ਪੇਸ਼ ਕਰਨ ਲੱਗਾ ਤੁਹਾਡੀ ਫਰਮਾਇਸ਼ ਤੇ। ਹੀਰ ਖੇੜਿਆਂ ਦੀ ਡੋਲੀ ਵਿੱਚ
ਬੈਠ ਜਾਂਦੀ ਹੈ। ਰਾਂਝਾ ਜ਼ਰੂਰ ਕਿਸੇ ਦਰਖਤ ਦੇ ਥੱਲੇ ਕੱਲਾ ਹੀ ਖੜਾ ਹਟਕੋ ਪੜਦਾ, ਪੱਲਾ ਚੱਕ ਕੇ ਡੋਲੀ ਦਾ, ਜਦ ਦੇਖਿਆ ਉਦਾਸ ਰਾਂਝੇ ਨੂੰ ਹੀਰ ਨੇ, ਨਾ ਰਿਹਾ ਗਿਆ ਹੀਰ ਕੋਲੋਂ, ਕੋਲ ਬੁਲਾ ਕੇ ਕੁਝ ਕਹਿੰਦੀ ਉਹਨੇ ਗੌਰ ਨਾਲ ਸੁਣਨਾ ਇਹ ਵੇਖ ਰੋਂਦਾ ਦੂਰੀ ਵੇ ਬਾਪ ਦਿਆ ਬਾਰਾਂ ਸਾਲ ਦੇ ਚਾਕਾ ਪੱਲਾ ਮੁਸ਼ਕਿਲ ਵੇ ਪੱਲਾ ਮੁਸ਼ਕਿਲ ਵੇ ਆਣੀਆਂ ਕਿ ਇਸ਼ਕ ਦੇ ਫੇਰ ਵਸ ਨਰੰਗਣਾ ਵੇ ਤੋਰ ਨਾਲ ਬੰਨ ਕਿਲ ਜਾਂਦੇ ਨੇੜੇ ਫਿਰ ਵਸ ਨਰੰਗਣਾ ਵੇ ਤੋਰ ਨਾਲ ਬੰਨ ਕਿਲ ਜਾਂਦੇ ਨੇੜੇ ਡਰਦਾ ਤੂੰ ਰਾਂਝਾ ਡਰਦਾ ਡਰਦਾ ਤੂੰ ਕਹਿਣਗੇ ਤਖਤ ਹਜ਼ਾਰੇ ਵਗ ਗਿਆ ਸਦਾ ਮਿਲੂ ਹਸ਼ਰ ਨੂੰ ਜੇ ਸਦਾ ਮਿਲੂ ਹਸ਼ਰ ਨੂੰ ਜੇ ਕਮਲਿਆ ਦਾ ਕਿਸ਼ਕ ਨੂੰ ਲੱਗ ਗਿਆ ਰਾਂਝਾ ਡਰਦਾ ਡਰਦਾ ਤੂੰ ਕਹਿਣਗੇ ਤਖਤ ਹਜ਼ਾਰੇ ਵਗ ਗਿਆ ਸਦਾ ਮਿਲੂ ਹਸ਼ਰ ਨੂੰ ਜੇ ਕਮਲਿਆ ਦਾ ਕਿਸ਼ਕ ਨੂੰ ਲੱਗ ਗਿਆ ਲੰਗ
ਫੇਰ ਲੈਵੇ, ਇਧਰ ਲੰਗਣ ਫੇਰ ਲੈਵੇ, ਮੇਰੇ ਮਾਂ ਬਾਪ ਜਹਾਂ ਤੋਂ ਕਮਲੇ ਖੱਟਣੀਆਂ ਖੱਟੀਆਂ ਖੱਟਣੀਆਂ ਹੱਥਾਂ ਨਾਲ ਸਾਰ ਫੁੱਲਾਂ ਦੇ ਕਮਲੇ ਕਦੋਂ ਲਗਣ ਫੇਰ ਲੈਵੇ ਮੇਰੇ ਮਾਂ ਬਾਪ ਜਹਾਨੋ ਕਮਲੇ ਕੀ ਖੱਟੀਆਂ ਖੱਟਣੀਆਂ ਹੱਥਾਂ ਨਾਲ ਸਾਰ ਫੁੱਲਾਂ ਦੇ ਕਮਲੇ ਕੀ ਗੂੰਜ ਡਾਰ ਦੀ ਮੁਸ਼ਕਿਲ ਹੱਲ ਕਰ ਦੇਵੇ ਚੱਲ ਚੱਲ ਵਿੱਚ ਕਰ ਦੇਵੇ ਲਾਵੇ ਰੱਬ ਸੁੱਕਿਆਂ ਰੁੱਖਾਂ ਨੂੰ ਮੇਰੇ ਉਹਦੇ ਘਰ ਕੀ ਕਾਟਾ ਵੇ ਅੜੀ ਵਿੱਚ ਮੁਸ਼ਕਿਲ ਹੱਲ ਕਰ ਦੇਵੇ ਲੱਗੂਗੀ। ਅਗਲਾ ਗੀਤ ਪੇਸ਼ ਕਰਨ ਲੱਗਿਆ ਤੁਹਾਡੀ ਸੇਵਾ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਇਹ ਸੀ ਤੁਹਾਡੀ ਫਰਮਾਇਸ਼ ਸ਼ੀਰ ਦੀ ਕਲੀ। ਇਸ ਗੀਤ ਤੋਂ ਖੁਸ਼ ਹੋ ਕੇ ਹੀਰਾ ਸਿੰਘ ਜੀ ਚਾਹਲ 100 ਰੁਪਇਆ ਦੇ ਕੇ ਸਾਡਾ ਮਾਣ ਕਰਕੇ ਗਏ। ਬਿੱਲੂ ਸਿੰਘ ਜੀ ਚਾਹਲ 100 ਰੁਪਇਆ।